ਅੱਜ ਤਾੜੀ ਨਹੀਂ ਤਾੜਾ ਵੱਜਦਾ, ਅੱਜ ਤਾੜਾ ਵੱਜਦਾ, ਅੱਜ ਤਾੜੀ ਵਾਲੀ ਤਾੜਾ ਵੱਜਦਾ। ਉਧਰ ਸਾਹਿਲ ਸਾਪਲਾ ਜੀ, ਸਰੀ ਪੈਸ ਜ਼ਿਲ੍ਹਾ ਪ੍ਰਧਾਨ ਯੂਥ ਬੀਜੇਪੀ, ਲਵ ਢਿੱਲੋਂ, ਰੋਸ਼ਨ ਸਬਰਵਾਲ ਜ਼ਿਲ੍ਹਾ ਪ੍ਰਧਾਨ ਐਸਸੀ ਮੋਰਚਾ ਬੀਜੇਪੀ, ਅਮਰ ਭਲਵਾਨ ਨੱਥੂ ਚਾਲ, ਬਰਜਿੰਦਰ ਸਿੰਘ ਜੀ ਕਾਕਾ, ਆਓ ਸਾਹਮਣੇ ਰੇਡ ਰੁਪਿੰਦਰ ਵੀ ਤੇ ਬੋਲ ਰੁਪਿੰਦਰ ਦੇ। ਰੁਪਿੰਦਰ ਤੋਤੇ ਵਾਲਾ ਕਬੱਡੀ ਦਾ ਬਾਪ ਰੋਲਾ ਹੈ ਬਈ। ਦਰਸ਼ਕ ਵੀਰੋ ਤਾੜੀਆਂ ਜ਼ੋਰਦਾਰ ਮਾਰ ਦਿਓ। ਨੰਬਰ ਜਿਹੜਾ ਪਹਿਲਾ ਜਿਹੜਾ ਹੈ ਮਾਤਾ ਪੰਜਾਬ ਕੌਰ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਦੀ ਟੀਮ ਦੇ ਲਈ ਜੁੜ ਗਿਆ। ਆਓ ਤੁਮੁਰਜੀ ਵਾਲਾ ਦੀਪ, ਅਲਗੋ ਵਾਲਾ ਚੱਕਾ, ਤੁਮੁਰਜੀ ਵਾਲਾ ਦੀਪ, ਅਲਗੋ ਵਾਲਾ ਚੱਕਾ ਬਣ ਗਿਆ, ਬਣ ਗਿਆ, ਬਣ ਗਿਆ। ਆਓ ਕਹਿੰਦੇ ਸਵਾਦ ਕਬੱਡੀ ਦਾ, ਅੱਜ ਕਹਿੰਦੇ ਚੋਤੀ ਦਾ ਮੁਕਾਬਲਾ ਆ ਧਰਤੀ ਤੇ ਖੇਡਿਆ ਜਾ ਰਿਹਾ। ਇਹ ਕਹਿੰਦੇ ਧਰਪੁਰੇ ਵਾਲਾ, ਉਹ ਜਿਹਨੇ ਗੱਲ ਕੀਤੀ ਹੈ ਕਿ ਮੇਰਾ ਯਾਰ ਡਿਫਲਟਰ ਤਾਂ ਹੋਇਆ, ਕੁਝ ਬੰਬੇ ਡਿਫਲਟਰ ਟੱਕਰ ਗਏ, ਡਿਫਲਟਰ ਕਹਿੰਦੇ ਯੂਟਿਊਬ ਤੋਂ ਚੱਕ ਦਿੱਤਾ ਗਿਆ, ਹੁਣ ਡਿਫਲਟਰ ਦੇਤਰਾਮ ਕਹਿੰਦਾ ਫਿਲਮ ਲੈ ਕੇ ਆਵਾਂਗੇ। ਉਹ ਸਾਹਮਣੇ ਇਸ ਵੇਲੇ ਉਹ ਧਰਪੁਰੇ ਵਾਲਾ ਕਬੱਡੀ ਪਾ ਰਿਹਾ, ਉਹ ਡੱਗੂ ਵਾਲਾ, ਡੱਗੂ ਵਾਲਾ ਸ਼ਹਿਯਾਦ ਹੈ, ਸ਼ਹਿਯਾਦ ਹੈ, ਕਬੱਡੀ ਦਾ ਉੱਡਣਾ ਸੱਪ ਹੈ ਮੇਰੇ ਵੀਰੋ, ਸ਼ਹਿਯਾਦ ਅਲੀ ਸ਼ਾਜੀ, ਸ਼ਾਜੀ। ਆਓ ਸਾਹਮਣੇ ਸੋਹਣੇ ਪੁੱਠੀ ਕੇਤੀ ਪਾਉਣ ਦੀ ਕੋਸ਼ਿਸ਼ ਕੀਤੀ ਤੇ ਨੰਬਰ ਜਿਹੜਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਦਾ। ਆਓ ਪਗਲੂ ਸਾਂਦਰਾ ਵਾਲਾ ਅਮਰੀਕ, ਆਓ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਹੈ, ਅੱਜ ਦੇ ਕਹਿੰਦੇ ਮੁੜ ਮੁੜ ਆਵਾਜ਼ਾਂ ਆਉਂਦੀਆਂ, ਉਹ ਮੁੜ ਮੁੜ ਆਵਾਜ਼ਾਂ ਆਉਂਦੀਆਂ, ਵਿਰਜਾ ਬੁੜੀ ਲੱਗੀ ਹੋਈ ਆ, ਇੱਕ ਪਾਸੇ ਕਹਿੰਦੇ ਫੜਿਆਦ ਹੈ, ਆ ਕਹਿੰਦੇ ਉਹ ਗੱਲ ਗੱਲ ਉੱਤੇ ਅੜੀ ਪਕਾਉਂਦਾ ਲੱਗਦਾ ਮਾਨਸਾ ਵੱਲ ਦਾ। ਆਓ ਸਾਹਮਣੇ ਸਾਹਮਣੇ ਵਾਲਾ ਸ਼ੇਰ ਦੇ ਚਬਾੜਿਆਂ ਚੋਂ ਮਾਸ ਕੱਢਣ ਵਾਲੀ ਗੱਲ ਕੀਤੀ ਆ ਮੁੰਡੇ ਨੇ, ਉਹ ਰੁਪਿੰਦਰਾ ਦੁਨੀਆ ਕਹਿੰਦੇ ਇੰਤਜ਼ਾਰ ਕਰਦੀ ਸੀ ਵੀ ਪੱਕੇ ਪਿੰਡ ਵਾਲਾ ਕਦੋਂ ਖੇਡੂਗਾ ਮੇਰੇ ਵੀਰੋ। ਗਾਂਦਰਾ ਵਾਲੇ ਪੰਬੇ ਦਾ ਚੰਡਿਆ ਹੋਇਆ, ਆਓ ਪੱਕੇ ਪਿੰਡ ਵਾਲਾ ਦੁੱਲਾ 2024 ਦੀ ਪਹਿਲੀ ਰੇਡ ਕਹਿੰਦੇ ਅੱਜ ਬੇਗੋਵਾਲ ਦੇ ਕਬੱਡੀ ਕੱਪ ਤੇ ਪਾ ਰਿਹਾ, ਰਮਨ ਹੁਣਾਂ ਦੇ, ਨਿੱਕੀ ਹੁਣਾਂ ਦੇ, ਰਾਜੂ ਹੁਣਾਂ ਦੇ ਕਬੱਡੀ ਕੱਪ ਤੇ ਮੇਰੇ ਵੀਰੋ ਦੁੱਲਾ ਪੁੱਜਿਆ ਹੋਇਆ। ਆਓ ਸਾਹਮਣੇ ਕਬੱਡੀ ਪੈ ਚੁੱਕੀ ਹੈ, ਇੱਕ ਪਾਸੇ ਜੱਗਾ ਔਰ ਦੂਜੇ ਪਾਸੇ ਵਾਹ ਚੱਕਿਆ, ਜੱਗਾ ਜੱਗਾ ਅਲਗੋ ਕੋਠੀ ਵਾਲਾ ਜੱਗਾ ਬਈ, ਜੇ ਜੱਗੇ ਦਾ ਜਫਾ ਸਿਰੇ ਦਾ ਲੱਗਿਆ ਤਾਂ ਇੱਕ ਵਾਰੀ ਤਾੜੀਆਂ ਵਾਰੇ, ਸੰਗਤ ਖੁਸ਼ ਹੈ ਵੀ ਜੱਗਾ ਸਿਰੇ ਦਾ ਜਾਫੀ ਹੈ, ਅਲਗੋ ਵਾਲਾ ਜਿੰਨੇ ਕੁ ਨੱਚ ਲੈਂਦਾ ਉਹਨੇ ਕੁ ਜੱਫੇ ਲਾਉਂਦਾ, ਭਾਅ ਜੱਗਿਆ। ਆਓ ਨਵੂ ਚੀਨਾ ਵਾਲੇ ਦੀ ਰੇਡ ਤੇ ਅਮਰੀਕ ਦੀ ਗੱਲ, ਆਓ ਸਾਹਮਣੇ ਕਹਿੰਦੇ ਨਵੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਇੱਧਰ ਚਾਰੇ ਕਹਿੰਦੇ ਪਿਆਰ ਵਰ ਤਿਆਰ, ਆਓ ਚਾਰਾਂ ਦੇ ਵਿੱਚੋਂ ਦੇਖਾਂਗੇ। ਆ ਕਹਿੰਦੇ ਜਲਾਲਾਬਾਦ ਤੋਂ ਆਇਆ, ਇਹ ਫਾਜ਼ਿਲਕਾ ਤੋਂ ਆਇਆ, ਬਾਗੜੀ ਅੱਜ ਕਹਿੰਦੇ ਤਿੰਨ ਜ਼ਿਲ੍ਹੇ ਇਕੱਠੇ ਖੇਡਣਗੇ, ਉਹ ਇਲਾਕੇ ਦੇ ਤਿੰਨ ਜ਼ਿਲ੍ਹੇ ਇਕੱਠੇ ਖੇਡਣਗੇ, ਇਹ ਕਹਿੰਦੇ ਚੋਟੀ ਚੋਟੀ ਦੇ ਸਾਰੇ ਪੁੱਜਣਗੇ, ਰੇਤੂ ਖਰੇਟੀ ਇਹ ਟਰਾਂਟੋ ਦੇ ਵਰਲਡ ਕੱਪ ਦਾ ਰੁਪਿੰਦਰ ਬਾਈ ਇਹ ਬੈਸਟ ਰੇਡਰ ਹੈ ਮੇਰੇ ਵੀਰੋ, ਰੇਤੂ ਖਰੇਟੀ
ਕਿਉਂ ਆਇਆ, ਆਹ ਸੂਰੇ ਵਾਲੀ ਆ ਗਗਨ ਪਿਆਰ। ਪਰ ਕਹਿੰਦੇ ਮਾਤਾ ਪੰਜਾਬ ਕੌਰ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਦੇ ਜਾਫੀ ਸਿਰਾ ਕਰਵਾਉਣ ਵਾਲੀ ਗੱਲ ਕਰ ਰਹੇ ਹੈ। ਆਹ ਤੋਤਾ ਦੋਤੇ ਵਾਲਾ ਘੋੜਾ ਕਰ ਗਿਆ ਕਮਾਲ, ਉਹ ਬੇਗੋਆਲਿਓ ਆਉਂਦਾ ਵੀ ਯਾਰਾ ਕੇ ਨਹੀਂ ਫਿਰ। ਰੁਪਿੰਦਰ ਤੋਤੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, ਇਹ ਕਹਿੰਦੇ ਸਿਆਣੀ ਕੌਡੀ ਪਾਉਂਦਾ, ਇਹ ਕਮਲੀ ਕੌਡੀ ਨਹੀਂ ਪਾਉਂਦਾ, ਇਹ ਸਿਆਣੀ ਕੌਡੀ ਪਾਉਂਦਾ। ਰਿਬਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਡੇ ਦਰਮਿਆਨ ਚੇਤੇ ਤੌਰ ਤੇ ਪੁੱਜੇ ਨੇ ਮੇਰੇ ਵੀਰੋ, ਮਾਣ ਹੈ ਸਿੱਖ ਪੰਥ ਦਾ। ਔਰ ਨਾਲ ਕਹਿੰਦੇ ਗੁਰੂ ਕਾ ਬਾਜ ਵੀ ਪੁੱਜਿਆ, ਕਲਗੀਆ ਵਾਲੇ ਦਾ ਬਾਜ ਵੀ ਪੁੱਜਿਆ। ਤਸਵੀਰਾਂ ਇਹ ਕਿਰਪਾ ਕਹਿੰਦੇ ਉਹਦੀ, ਇਹ ਉਹਦੀ ਕਿਰਪਾ ਹੈ, ਕਿਉਂਕਿ ਦੁਨੀਆ ਧੀ ਤੋੜ ਕੇ ਰੋਂਦੀ ਆ, ਉਹ ਪੁੱਤ ਤੋੜ ਕੇ ਰੋਇਆ ਹੀ ਨਹੀਂ, ਉਹ ਪੁੱਤ ਤੋੜ ਕੇ ਰੋਇਆ ਹੀ ਨਹੀਂ, ਇਹ ਉਹਦੀ ਕਿਰਪਾ ਹੈ। ਰੁਪਿੰਦਰ ਆ ਜਾ ਫੇਰ ਅਭੀ ਖੇਰੇ ਮਾਝੇ ਵਾਲਾ ਮੇਰੇ ਵੀਰੋ, ਬੜੇ ਲੰਬੇ ਸਮੇਂ ਬਾਅਦ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਇਆ, ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ ਅਭੀ ਦੀ ਪੈ ਚੁੱਕੀ ਹੈ, ਜਾਫੀ ਚਾਰ ਨੇ, ਹੁਣ ਮਾਤਾ ਪੰਜਾਬ ਕੌਰ ਨੰਗਲੰਬੀਆਂ ਦਾ ਕੌਣ, ਆਓ ਦੋ ਨੰਬਰ ਤੋਂ ਨੌਜਵਾਨ ਨੇ ਕੀਤੀ ਕੋਸ਼ਿਸ਼ ਖੇਰੇ ਮਾਝੇ ਵਾਲਾ, ਪਰ ਦੂਜੇ ਪਾਸੇ ਸੀਚੇ ਵਾਲ ਪਿੰਡ ਹੈ ਲੱਭੂ ਦਾ, ਕੀਤੀ ਕੋਸ਼ਿਸ਼ ਤੇ ਪੁਆਇੰਟ ਜਿਹੜਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਰ ਅੜੂਆ ਦੀ ਟੀਮ ਦੇ ਲਈ ਨੌਜਵਾਨ ਨੇ ਜੋੜ ਦਿੱਤਾ, ਸੇਵਾ ਸਿੰਘ ਰਾਣੇ ਦੀ ਖੇਡ ਕਲੱਬ ਸਟਾਰ ਆਟੋ ਗੱਡੀ ਦਾ ਵੱਡਾ ਨਾਮ। ਆਓ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਵੀਰੋ, ਇਹ ਹੈ ਕੁਲਵਿੰਦਰ ਧਰਮਪੁਰੇ ਵਾਲਾ, ਕੁਲਵਿੰਦਰ ਵੱਡੀ ਸਟਾਪ ਲਾਈਨ ਹੈ ਮੇਰੇ ਵੀਰੋ, ਪਰ ਕੁਲਵਿੰਦਰ ਕਹਿੰਦੇ ਨਵਾਂ ਜਾ ਮੁੰਡਾ। ਆਓ ਸਾਹਮਣੇ ਪਿੰਡਾਂ ਵਾਲੇ ਨੂੰ ਪਿੰਡਾਂ ਵਾਲਾ ਟੱਕਰ ਗਿਆ, ਹਾਕ ਵਾਲੀਏ ਜੱਗੂ ਦਾ ਕਹਿੰਦੇ ਦੌਰ ਚੱਲਦਾ, ਹਾਕ ਵਾਲੀਏ ਜੱਗੂ ਦਾ ਅੱਜ ਦੇ ਸਮੇਂ ਦੇ ਵਿੱਚ ਮੇਰੇ ਵੀਰੋ ਨਾ ਚੱਲਣ ਵਾਲੀ ਗੱਲ ਹੈ। ਆਓ ਸਾਹਮਣੇ ਅਗਲੀ ਕਬੱਡੀ ਦਪੁਰਜੀ ਵਾਲਾ ਦੀਪ ਅਮਰੀਕ ਆ ਗਿਆ, ਆਓ ਸਾਹਮਣੇ ਕਹਿੰਦੇ ਦੀਪ ਕਬੱਡੀ ਭਰ ਰਿਹਾ, ਇਹ ਕਹਿੰਦੇ ਸਾਜਣ ਦਾ ਵੀਰ ਹੈ, ਸਾਜਣ ਵੀ ਕਹਿੰਦੇ ਆਇਆ ਹੋਇਆ ਅੱਜ ਦੇ ਮੇਲੇ ਦੇ, ਇਹ ਸਾਹਮਣੇ ਕਹਿੰਦੇ ਅਲਗੋ ਵਾਲਾ ਬਾਹ ਗਬਰੂਆ, ਇਹ ਕਹਿੰਦੇ ਭੇਤੀ ਦਾ ਜ਼ਰੂਰ ਆ ਪਰ ਲੰਕਾ ਨੀ ਢਾਈ, ਉਹ ਭੇਤੀ ਦਾ ਜ਼ਰੂਰ ਹੈ ਪਰ ਲੰਕਾ ਨੀ ਢਾਏ, ਉਹ ਬਬਲੂ ਸਾਹਮਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਫਰਿਆਦ, ਉਹ ਦੱਸੀਏ ਦੁਨੀਆਂ ਨੂੰ ਵੀ ਮੁੰਡਾ ਰੰਗਾਂ ਦੇ ਵਿੱਚ ਆ, ਵੀ ਮੁੰਡਾ ਜੋ ਬੁਣ ਪਿਆ ਉਹ ਮੁੰਡਾ ਡੀਸੀ ਪਿਆ ਹੱਕ ਵਾਲੇ ਪਿੰਡ ਦਾ, ਜਿਹੜੇ ਕਹਿਣ ਮੁੰਡੇ ਦਾ ਦੌਰ ਗਿਆ ਮੈਂ ਦੌਰੇ ਪਾ ਦੂ, ਉਹਨਾਂ ਨੂੰ ਜਿਹੜੇ ਕਹਿਣ ਮੁੰਡੇ ਦਾ ਦੌਰ ਗਿਆ। ਆਓ ਸਾਹਮਣੇ ਕਹਿੰਦੇ ਸ਼ਾਜੀ ਆ ਗਿਆ, ਰੁਪਿੰਦਰ ਕਰ ਗੱਲ ਮੁੰਡੇ ਦੀ, ਅੱਜ ਦੇ ਕਬੱਡੀ ਕੱਪ ਦੇ ਸਾਡੇ ਦਰਮਿਆਨ ਸਲੀਮ ਰਿਹਾਣਾ, ਮੋਨੂ ਕੌਸ਼ਲ, ਮੇਰੀ ਰਿਕੁਐਸਟ ਹੈ ਸਾਰੇ ਵੀਰਾਂ ਨੂੰ, ਸਾਰੇ ਆਪਾਂ ਭਰਾ ਹੈ ਪਰ ਰਿਕੁਐਸਟ ਇਹ ਹੈ ਵੀ ਹੁਣ ਆਪਾਂ ਗਰਾਊਂਡ ਨੂੰ ਥੋੜਾ ਕਲੀਅਰ ਕਰ ਦਈਏ, ਦੁਨੀਆ ਦੇ ਟਾਪਰ ਪਲੇਅਰ ਨੇ ਜਿਹੜੇ ਆ ਮੈਚ ਨੂੰ, ਲੋਕ ਪਤਾ ਨਹੀਂ ਕਿੰਨੇ ਕੁ ਸਮੇਂ ਤੋਂ ਉਡੀਕ ਰਹੇ ਸਨ ਵੀ ਆਹ ਮੈਚ ਹੋਊਗਾ, ਔਰ ਆਪਾਂ ਇਹ ਮੈਚ ਜਿਹੜਾ ਹੋ ਲੈਣ ਦੇਈਏ, ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਪਲੀਜ਼ ਸਾਰੇ ਵੀਰ ਥੋੜਾ ਥੋੜਾ ਆਪਾਂ ਗਰਾਊਂਡ ਦੇ ਬਾਹਰਲੇ ਪਾਸੇ ਨੂੰ ਹੋ ਜਾਈਏ, ਸਿਰੇ ਦਾ ਮੈਚ ਹੈ। ਆਹ ਚੀਮਿਆਂ ਵਾਲਾ ਨਵੂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਤਿਆਰ ਪਰ ਤਿਆਰ ਮੇਰੇ ਵੀਰੋ, ਸ਼ਰਮਾ ਇਸ ਵੇਲੇ ਵੇਖਦਾ ਵੀ ਨਾਲ ਗੁਰਵਿੰਦਰ ਘਾਂਗੇ ਵਾਲਾ ਤੇ ਥੰਦ ਵਾਲੀ ਆ ਸੀਪਾ ਤੇ ਫਰਿਆਦ ਅਲੀ ਮੇਰੇ ਵੀਰੋ ਫਕੀਰ ਹੁਸੈਨ ਦਾ ਪੁੱਤਰ, ਤਿਆਰ ਪਰ ਤਿਆਰ ਨਵੂ ਚੀਮੇ ਦੀ ਰੇਡ। ਆਓ ਸਾਹਮਣੇ ਗੁਰਵਿੰਦਰ ਘਾਂਗੇ ਵਾਲਾ ਮੇਰੇ ਮਿੱਤਰੋ, ਧਰਦਾ ਧੌਣ ਤੇ ਹੱਥ ਉੱਖੜ ਗਏ ਪੈ ਸਾਹਮਣੇ
ਰਿਕੁਐਸਟ ਹੈ ਸਾਡੇ ਵੀਰ ਰਮਨ ਬੇਗੋਵਾਲ ਵੱਲੋਂ ਵੀ ਸਾਰੇ ਆਪਾਂ ਭਰਾ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਬਾਬੇ ਸੁੱਖੇ ਵੱਲੋਂ ਵੀ ਇਹ ਬੇਨਤੀ ਹੈ ਵੀ ਪਲੀਜ਼ ਆਪਾਂ ਸਾਰੇ ਆਪੋ ਆਪਣੀਆਂ ਜਗ੍ਹਾ ਤੇ ਸਟੇਜ ਤੇ ਜਾ ਕੇ ਬੈਠੀਏ, ਕਬੱਡੀ ਦਾ ਆਨੰਦ ਮਾਣੀਏ ਜੀ। ਬੜੀ ਮਿਹਰਬਾਨੀ, ਲਓ ਸਾਹਮਣੇ ਰਿੰਕੂ ਖਰੈਟੀ ਮੇਰੇ ਵੀਰੋ, ਰਿੰਕੂ ਖਰੈਟੀ ਅਮਰੀਕ ਸਿੰਘ ਚੱਕ ਮਾਈਕ ਨੌਜਵਾਨਾਂ ਕਰ ਵੀ ਗੱਲ ਸਾਹਮਣੇ। ਕਹਿੰਦੇ ਰੁਪਿੰਦਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ, ਇਹ ਕਹਿੰਦੇ ਤੋਤੇ ਦੀ ਧਰਤੀ ਦਾ ਨੌਜਵਾਨ ਉਬਰ, ਕਹਿੰਦੇ ਚਾਰੇ ਪਿਆਰ ਵਰ ਪਿਆਰ, ਇੱਕ ਫਰੀਦਕੋਟੀਆ, ਇੱਕ ਮੁਕਸਰੀਆ, ਇੱਕ ਜਲੰਧਰ ਵਾਲਾ, ਇੱਕ ਫਾਜ਼ਿਲਕਾ ਵਾਲਾ, ਇਹ ਚਾਰ ਮੁੰਡੇ ਚਾਰੇ ਜ਼ਿਲ੍ਹਿਆਂ ਦੇ ਆ, ਇਹ ਚਾਰੇ ਜਾਫੀ ਅੱਡੋ ਅੱਡ ਚਾਰੇ ਜ਼ਿਲ੍ਹਿਆਂ ਦੇ ਆ ਮੇਰੇ ਮਿੱਤਰੋ। ਔਰ ਜਿਹਨਾਂ ਨੇ ਟਰਾਈ ਕੀਤੀ ਪਰ ਉਹ ਤੋਤੇ ਵਾਲਾ ਭੱਜ ਗਿਆ, ਉਹ ਪੱਟੇ ਵਾਲੀ ਸ਼ਾਜੀ ਆ ਗਿਆ, ਸ਼ਾਜੀ ਆ ਗਿਆ, ਸ਼ਹਿਯਾਦ ਅਲੀ ਆ ਗਿਆ। ਗਰਾਊਂਡ ਨੂੰ ਪਲੀਜ਼ ਕਲੀਅਰ ਕਰ ਦਿਓ, ਬੜੀ ਮਿਹਰਬਾਨੀ ਹੋਊਗੀ। ਵਾਰ ਵਾਰ ਬੋਲਦੇ ਚੰਗੇ ਨਹੀਂ ਲੱਗਦੇ, ਉਧਰ ਹੂਟਰ ਵਾਲੇ ਵੀਰ ਨੂੰ ਵੀ ਥੋੜੀ ਸਾਈਡ ਦੇ ਦਿਓ। ਸ਼ਹਿਯਾਦ ਅਲੀ ਦੀ ਰੇਡ ਇਸ ਵੇਲੇ ਵੇਖਦਾ ਵੀ ਨੰਗਲੰਬੀਆਂ ਦੇ ਚਾਰ ਜਾਫੀ ਨੇ, ਹੁਣ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰੂ ਗੱਲ ਸਮੇਂ ਦੀ। ਇੱਕ ਪਾਸੇ ਘੋੜਾ ਪਰ ਦੂਜੇ ਪਾਸੇ ਸੁੱਖੇ ਨੇ ਫੈਸਲਾ ਕਰ ਦਿੱਤਾ ਵੀ ਪੁਆਇੰਟ ਜਿਹੜਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰੜੂਆ ਦੀ ਟੀਮ ਦੇ ਹਿੱਸੇ ਜਾ ਜੁੜਿਆ। ਕੁਲਵਿੰਦਰ ਧਰਮਪੁਰੇ ਵਾਲਾ ਇਸ ਵੇਲੇ ਖੇਡ ਮੈਦਾਨ ਅੰਦਰ ਆ ਗਿਆ। ਆਓ ਸਾਹਮਣੇ, ਕਹਿੰਦੇ ਕੁਲਵਿੰਦਰ ਦੀ ਕਬੱਡੀ ਪੈ ਰਹੀ ਹੈ, ਸਾਰੇ ਕਹਿੰਦੇ ਪੱਟਾਂ ਨੇ ਥਾਪੀਆਂ ਮਾਰ ਰਿਹਾ ਵੀ ਅੱਜ ਮੈਨੂੰ ਫੜਦਾ ਹੀ ਫੜਦਾ, ਉਹ ਅੱਜ ਮੈਨੂੰ ਰੱਖਣਾ ਹੀ ਰੱਖਣਾ, ਉਹ ਤੈਨੂੰ ਰੋਕਣਾ ਹੀ ਰੋਕਣਾ, ਅੱਜ ਮੈਨੂੰ ਜਿੱਤ ਨਹੀਂ ਦੇਣਾ। ਉਹ ਫਰੀਦਕੋਟੀਆ ਇਸ ਵੇਲੇ ਕਹਿੰਦੇ ਸ਼ਰਨ, ਉਹ ਡੱਗੂ ਵਾਲਾ ਡੱਗੂ ਵਾਲਾ ਡੱਗੂ ਵਾਲਾ, ਪਰ ਧਰਮਪੁਰੇ ਵਾਲਾ ਕਮਾਲ ਹੀ ਕਰੀ ਜਾਂਦਾ। ਉਬਰ ਕਹਿੰਦੇ ਦੀਪਤ ਮੁਰਜੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ, ਉਹ ਪੱਟਾਂ ਦੇ ਥਾਪੀਆਂ ਵੱਜਦੀਆਂ ਵਿਰੋਧਵਾਂ ਵੱਲ ਸਭ ਦੇ ਲਈ ਆ। ਇੱਕ ਪਾਸੇ ਕਹਿੰਦੇ ਉਹ ਤੋਤੇ ਪਿੰਡ ਦਾ ਘੋੜਾ ਮੇਰੇ ਮਿੱਤਰੋ, ਨਾਲ ਸੋਹਣਾ ਨਾਲ ਕਹਿੰਦੇ ਗਗਨ ਵੜ ਗਏ, ਪਰ ਨੰਬਰ ਕਹਿੰਦੇ ਰੇਡਰ ਦਾ ਅਗਲੀ ਕਬੱਡੀ ਤਬਲੂ ਦੀ ਤੇ ਬਬਲੂ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ। ਡਾਕੜੀਆਂ ਵਾਲੇ ਕਾਲੇ ਦਾ ਵੱਡਾ ਰੋਲ ਹੈ ਮੇਰੇ ਵੀਰੋ ਨੰਗਲੰਬੀਆਂ ਦੀ ਖੇਡ ਕਲੱਬ ਦੇ ਲਈ, ਚਾਹੇ ਉਹ ਸ਼ਾਹਕੋਟ ਖੇਡਦੀ ਤੇ ਵੱਡਾ ਰੋਲ ਹੁੰਦਾ ਬਾਗੜੀਆਂ ਵਾਲੇ ਕਾਲੇ ਦਾ। ਆਓ ਬਬਲੂ ਸਾਂਤਰਾ ਵਾਲੇ ਦੀ ਰੇਡ ਚਾਰ ਜਾਫੀਆਂ ਦੇ ਵਿੱਚੋਂ ਹੁਣ ਕੌਣ ਥਾਂਦੇ ਵਾਲੀਆਂ ਸੀਪਾ ਹੈ, ਪਰ ਪੁਆਇੰਟ ਜਿਹੜਾ ਬਬਲੂ ਸਾਂਤਰਾ ਵਾਲਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ। ਕੈਨੇਡਾ ਕੱਪ ਦਾ ਬੈਸਟ ਜੀਤ ਤੋਂ ਚੱਲ ਕੇ ਆਇਆ ਖਰੰਟੀ ਗਾਓ ਹੈ, ਔਰ ਰਿੰਕੂ ਖਰੰਟੀ ਇਸ ਵੇਲੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਨੌਜਵਾਨ ਵਧਿਆ ਹੋਇਆ ਹੈ। ਰਿੰਕੂ ਖਰੰਟੀ ਦੂਜੇ ਪਾਸੇ ਅਮਨ ਪ੍ਰਭਦੀਪ ਸਿੰਘ ਬਿੱਲੀ ਲੱਲੀਆਂ ਵਾਲਾ, ਆਓ ਸੰਦੀਪ ਦੀ ਕਬੱਡੀ ਦਾ ਵਾਰਸ ਇਸ ਵੇਲੇ ਲਾਉ ਤਕੜਾ ਜੱਫਾ ਕੇ ਨਹੀਂ ਗੱਲਾਂ ਹੋਣਗੀਆਂ ਮੇਰੇ ਵੀਰੋ। ਆਓ ਬਿੱਲੀ ਜਦੋਂ ਤੂੰ ਢੇਰੀਆਂ ਕੋਲੇ ਆ ਕੇ ਰੇਡਰ ਨੂੰ ਨੌਜਵਾਨ ਖੱਜਲ ਕਰਦਾ ਨਾ ਠੇਠ ਪੰਜਾਬੀ ਦੇ ਵਿੱਚ ਆਖੀਏ ਤੇ ਲੋਕ ਬੜਾ ਲਾਈਕ ਕਰਦੇ ਆ। ਆਓ ਸਾਹਮਣੇ ਖੇਡ ਰੁਪਿੰਦਰ ਤੋਤੇ ਵਾਲਾ ਮੁਕਸਰੀਆ, ਆਓ ਸਾਹਮਣੇ ਵੇਖਦਾ ਵੀ ਫਰੀਦਕੋਟੀਆ ਗੰਨੀ ਤੇ ਖੜਾ ਹੈ। ਵੀ ਵਿੱਕੀ ਥੋੜਾ ਤੁਰ ਫਿਰ ਕੇ ਆਪਾਂ ਹੋਈਏ ਕਿਉਂਕਿ ਪਿੱਛੇ ਜਿਹੜੀ ਸੰਗਤ ਹੈ ਉਹ ਖੇਡ ਕਬੱਡੀ ਨੂੰ ਵੇਖਣ ਦੇ ਵਿੱਚ ਬੜੀ ਕਹਿੰਦੇ ਖੁੱਪੀ ਹੋਈ ਹੈ। ਆਓ ਸਾਹਮਣੇ ਇਸ ਵੇਲੇ ਰੁਪਿੰਦਰ ਤੋਤਾ ਸ਼ਰਮਾ ਟੱਗੋ ਵਾਲਾ ਫਰੀਦਕੋਟੀਆ ਦੇ ਮੁਕਸਰੀਆ ਮੇਰੇ ਪੰਜਾਬੀ ਵੀਰੋ ਮੁਕਾਬਲਾ ਸਖਤ ਹੈ ਤੇ ਰੁਪਿੰਦਰ ਕਬੱਡੀ ਦਾ ਟਰਨੈਡੋ ਆਖਿਆ ਪ੍ਰੋਫੈਸਰ ਮੱਖਣ ਸਿੰਘ ਨੇ ਵੀ ਇਹ ਟਰਨੈਡੋ ਹੈ। ਆਓ ਦੁਪੁਰਜੀ ਵਾਲਾ ਦੀਪ ਇਸ ਵੇਲੇ ਮੇਰੇ ਵੀਰੋ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ।
ਦੀਪ ਦੁਬੁਰਜੀ ਚਾਰ ਜਾਫੀ ਨੇ ਹੁਣ ਚਾਰਾਂ ਵਿੱਚੋਂ ਅਲਗੋ ਵਾਲੇ ਨੇ ਪਹਿਲਾ ਜਫਾ ਲਾ ਕੇ ਧੰਨ ਧੰਨ ਕਰਵਾਈ ਮੇਰੇ ਵੀਰਿਓ ਆਉਣ ਲੱਗਿਆ ਹਲਕਾ ਜਿਹਾ ਟੱਚ ਗਗਨ ਸੂਰੇ ਵਾਲੀਏ ਨੂੰ ਤੇ ਪੁਆਇੰਟ ਜਿਹੜਾ ਹੈ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਖੇਡ ਕਲੱਬ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਵੇਲੇ ਰੇਡਰ ਦਾ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਧਰਮਪੁਰੇ ਵਾਲਾ ਕੁਲਵਿੰਦਰ ਇਸ ਵੇਲੇ ਵਧਿਆ ਹੋਇਆ ਚਾਰ ਜਾਫੀ ਤਿਆਰ ਨੇ ਦੁਨੀਆਂ ਦੀ ਕਰੀਮ ਅੱਜ ਬੇਗੋਵਾਲ ਦੇ ਵਿੱਚ ਖੇਡ ਰਹੀ ਹੈ ਦੁਨੀਆਂ ਦੀ ਕਰੀਮ ਅੱਜ ਬੇਗੋਵਾਲ ਦੇ ਵਿੱਚ ਮੇਰੇ ਵੀਰੋ ਪੁੱਜੀ ਹੋਈ ਹੈ ਸਾਰਿਆਂ ਨੂੰ ਮੁਬਾਰਕਬਾਦ ਹੈ ਗੱਲਾਂ ਹੋਣਗੀਆਂ ਜਦੋਂ ਐਸ ਜੀ ਪੀ ਸੀ ਤੇ ਪਿਓ ਪਲੰਟੀ ਦਾ ਮੈਚ ਹੋਊਗਾ ਲੋਕ ਉਹ ਵੀ ਸਵਾਦ ਲੈਣਗੇ ਲਓ ਗੁੱਜਰ ਸਾਡੀ ਖੇਡ ਕਬੱਡੀ ਦਾ ਫਰਿਆਦ ਅਲੀ ਲਓ ਅਗਲੀ ਕਬੱਡੀ ਰਿੰਕੂ ਖਰੈਟੀ ਦੀ ਆਓ ਸਾਹਮਣੇ ਕਹਿੰਦੇ ਜ਼ਿਲ੍ਹੇ ਜੀਂਦ ਵਾਲਾ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਹੈ ਹਰਿਆਣਾ ਵੀ ਸਾਡਾ ਪੰਜਾਬ ਵੀ ਸਾਡਾ ਅੱਜ ਸਾਡਾ ਮਾਲਵਾ ਵੀ ਸਾਡਾ ਦੁਆਬਾ ਵੀ ਸਾਡਾ ਤੇ ਪਵਾਦ ਵੀ ਸਾਡਾ ਇਹ ਸਾਡੇ ਆ ਇਹ ਸਾਡੇ ਆ ਤੇ ਜਿਹੜੇ ਕਹਿੰਦੇ 47 ਵੇਲੇ ਉਹ 35-36 ਜ਼ਿਲ੍ਹੇ ਵੱਖ ਕਰ ਦਿੱਤੇ ਉਹ ਵੀ ਸਾਡੇ ਰੱਖ ਲਈਏ ਮੈਚ ਤੋਂ ਬਾਅਦ ਤੁਸੀਂ ਵੀਰ ਹੋ ਭਾਈਓ ਸਾਡੇ ਦੌੜਾਂ ਦਾ ਮਹਾਕੁੰਭ ਪਿੰਡ ਢੱਟਾ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਹੋਵੇਗਾ 7 ਜਨਵਰੀ ਨੂੰ ਪਹੁੰਚੇ ਜਰੂਰ ਵੀਰ ਨੇ ਵੱਡਾ ਸੁਨੇਹਾ ਨਵ ਸਲੀਮ ਜੀ ਸਾਡੇ ਵੱਡੇ ਨੇ ਸਤਿਕਾਰਯੋਗ ਨੇ ਰਿਸਪੈਕਟੇਬਲ ਨੇ ਸਾਡੇ ਮੇਰਾ ਧੰਨਵਾਦ ਹੈ ਕੱਲੀ ਕਬੱਡੀ ਬੋਲਣ ਨੂੰ ਭਰਾ ਬਣ ਗਏ ਉਹ ਬਾਕੀ ਬਾਤ ਦੇ ਵਿੱਚ ਉਹ ਸਾਹਮਣੇ ਨੰਬਰ ਫਰਿਆਦ ਬਬਲੂ ਤੇ ਫਰਿਆਦ ਲੋਕੀ ਨੀ ਚਾਹੁੰਦੇ ਵੀ ਕਬੱਡੀ ਤੋਂ ਬਿਨਾਂ ਕੋਈ ਗੱਲ ਹੋਵੇ ਹੱਥ ਵੱਢ ਕੇ ਬੇਨਤੀ ਹੈ ਨਹੀਂ ਤਾਂ ਕਹਿੰਦੇ ਹੁੰਦੇ ਵੀ ਚੈਟ ਦੇ ਵਿੱਚ ਸਾਰੀਆਂ ਵੋਟਾਂ ਸਾਨੂੰ ਪੈ ਜਾਣੀਆਂ ਚੈਟ ਦੇ ਵਿੱਚ ਸਾਰੀਆਂ ਵੋਟਾਂ ਸਾਨੂੰ ਸ਼ਾਜੀ ਕਬੱਡੀ ਪਾ ਰਿਹਾ ਮੇਰੇ ਵੀਰਿਓ ਤੋਤੇ ਵਾਲਾ ਘੋੜਾ ਸੰਦੀਪ ਦਾ ਵੀਰ ਹੈ ਆਓ ਸਾਹਮਣੇ ਮੁਕਾਬਲਾ ਅੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭੁਲੇਖੇ ਸੋਹਣਿਆ ਅਗਲਾ ਵੀ 21-31 ਮੋੜਦਾ ਰਾਜੇ ਖੇਲੇ ਦਬਕਾ ਬਗਾਨੇ ਪੁੱਤ ਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਵੱਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਅੱਜ ਕਹਿੰਦੇ ਨੀਲਾ ਫੋੜ ਜੱਥਿਆਂ ਦੇ ਰੇਟਾਂ ਤੇ ਮੇਰੇ ਮਿੱਤਰੋ ਇੱਧਰ ਕਹਿੰਦੇ ਨਾਮ ਚੀਨਿਆਂ ਵਾਲਾ ਇਸ ਵੇਲੇ ਆਓ ਕਬੱਡੀ ਪਾਉਣ ਦੇ ਲਈ ਪਾਦਿਆ ਹੋਇਆ ਰੇਟਾਂ ਪੈਂਦੀਆਂ ਜਸਨੇ ਲੱਗਦੇ ਆ ਆਓ ਸਾਹਮਣੇ ਚਾਰ ਨੇ ਚਾਰੇ ਪਿਆਰ ਨੇ ਇਹ ਬਾਲੇ 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 ਪਿਆਰਾ ਮੇਰੇ ਮਿੱਤਰੋ ਆ ਸੀਪਾ ਇਹਦਾ ਥੰਬੇ ਵਾਲਾ ਪੈਂਦਾ ਸੱਜੇ ਖੱਬੇ ਉੱਤੇ ਥੱਲੇ ਬਾੜੂ ਕਹਿੰਦੇ ਜਮਾ ਕੈਮਰਾ ਉੱਤੇ ਚੜਾ ਪਾ ਜੱਫੀਆਂ ਪੈ ਗਈਆਂ ਸੀਪੇ ਥਾਂਦੇ ਵਾਲੀਏ ਦਾ ਜੱਫਾ ਮੇਰੇ ਵੀਰੋ ਇਹ ਸ਼ੀਰੇ ਥਾਂਦੇ ਵਾਲੀਏ ਦਾ ਸਾਥੀ ਹੈ ਆਓ ਸਾਹਮਣੇ ਦੀਪ ਦਪੁਰਜੀ ਵਾਲਾ ਬਿੱਲੇ ਕਿਲ ਤੀਂਦੇ ਵਾਲੀਏ ਨੇ ਵੱਡਾ ਮਾਣ ਬਖਿਆ ਆਓ ਦਪੁਰਜੀ ਵਾਲੇ ਦੀਪ ਦੀ ਪਈ ਹੋਈ ਰੇੜ ਇੱਕੋ ਜਿੱਕੀਆਂ ਨਿਕਰਾਂ ਹੱਸਦਾ ਨੱਚਦਾ ਟੱਪਦਾ ਜਦੋਂ ਜਾਂਦਾ ਨਾ ਜਦੋਂ ਆਹ ਉਂਗਲੀ ਏਦਾਂ ਕਰ ਦਿੰਦਾ ਤੇ ਲੋਕਾਂ ਨੂੰ ਸਰੂਰ ਚਾੜ ਦਿੰਦੇ ਲਕਾਂਗੇ ਵਾਲਾ ਤੇ ਦੀਪ ਮਲੇਰ ਕੋਟਲੇ ਦੇ ਕੱਪ ਦੇ ਬੈਸਟ ਰਹੇ ਨੇ ਅੱਜ ਬੇਗੋਵਾਲ ਚੋਂ ਬੁਲਟ ਕੌਣ ਜਿੰਦਾ ਗੱਲ ਸਮੇਂ ਦੀ ਹੋਣੀ ਹੈ ਮਾਤਾ ਪੰਜਾਬ ਕੌਰ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਦੇ ਨੰਬਰ ਨੇ 13.5 ਔਰ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੇ ਨੰਬਰ ਨੇ 19 ਤੇ 13 ਦਾ ਕੋਈ ਜ਼ਿਆਦਾ ਫਰਕ ਨਹੀਂ ਦੋਨੋਂ ਪਾਸਿਓਂ ਮੇਰੇ ਵੀਰੋ ਪੂਰਾ ਜ਼ੋਰ ਲੱਗਿਆ ਪਿਆ ਅਜੇ ਕੋਈ ਪਤਾ ਨਹੀਂ ਕੌਣ ਜਿੱਤੂਗਾ ਜਦ ਫਾਈਨਲ ਸਕੋਰ ਬੋਲਾਂਗੇ ਇਹ ਤੇ ਉਦੋਂ ਹੀ ਪਤਾ ਲੱਗਣਾ ਵੀ ਆਹ ਟੀਮ ਜੇਤੂ ਰਹੀ ਹੈ ਅਗਲਾ ਮੈਚ ਬੇ ਆਫ ਪਲੰਟੀ ਕਬੱਡੀ ਕਲੱਬ ਨਿਊਜ਼ੀਲੈਂਡ ਔਰ ਦੂਜੇ ਪਾਸੇ ਮੇਰੇ ਵੀਰੋ
ਜਿਹੜੀ ਟੀਮ ਹੋਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ, ਇਹ ਟੀਮਾਂ ਤਿਆਰੀ ਕਰ ਲੈਣ। ਉੱਥੇ ਕਹਿੰਦੇ ਇੱਕ ਵੱਡਾ ਐਲਾਨ, ਰਮਨ ਪੇਖੋਵਾਲ, ਗਗਨ ਪੇਖੋਵਾਲ, ਅਮਨ USA ਕਹਿੰਦੇ ਵੀ ਅਗਲੇ ਸਾਲ ਡਿੰਪਲ ਮੁਲਤਾਨੀ ਨੂੰ ਸੋਨੇ ਦੀ ਕਾਨੀ ਪਾਈ ਜਾਣੀ ਹੈ। ਅਗਲੇ ਸਾਲ ਡਿੰਪਲ ਨੂੰ ਸੋਨੇ ਦੀ ਚੇਨ ਪਾਈ ਜਾਵੇਗੀ। ਲੈਵੀ ਡਿੰਪਲ ਤੈਨੂੰ ਮੁਬਾਰਕਾਂ ਨੇ। ਦੀਪ ਕਹਿੰਦੇ ਇਸ ਵੇਲੇ ਅਗਲੀ ਕਬੱਡੀ ਪਾਉਣ ਦੇ ਲਈ ਪਹੁੰਚਿਆ ਹੋਇਆ ਮੇਰੇ ਮਿੱਤਰੋ। ਉਧਰ ਕਹਿੰਦੇ ਯਾਰ ਮੇਲੀ ਵੀ ਪੁੱਜੇ ਹੋਇਆ ਦੀਪ ਮੱਠਿਆਂ ਵਾਲਾ, ਬੜੇ ਧੰਨਵਾਦ ਆ ਪ੍ਰਬੰਧਕ ਕਹਿੰਦੇ ਵੱਡੇ ਭਰਾਵਾ ਅਲਗੂ ਵਾਲਾ ਕਮਾਲ ਹੋਈ ਜਾਂਦੀ ਹੈ, ਕਮਾਲ ਹੋਈ ਜਾਂਦੀ ਅੱਜ ਦੇ ਵੱਡੇ ਮੇਲੇ ਤੇ ਕਹਿੰਦੇ ਕਮਾਲ ਹੋਈ ਜਾਂਦੀ ਹੈ। ਨੰਬਰ ਅਗਲੀ ਕਬੱਡੀ ਕਹਿੰਦੇ ਰੁਪਿੰਦਰ ਥੋੜਾ ਗਰਾਊਂਡ ਕਲੀਅਰ ਕਰ ਦਈਏ ਭਾਜੀ, ਇਧਰਲੇ ਪਾਸੇ ਆ ਜਾਓ ਰੰਧਾਵਾ ਰੰਗੀਲਾ ਜੀ, ਵੀਰਾਂ ਨੂੰ ਇਧਰਲੇ ਪਾਸੇ ਲਿਆ ਕਿਉਂਕਿ ਗਰਾਊਂਡ 'ਚ ਕਈ ਵਾਰੀ ਸਟਰਗਲ ਦਾ ਪਤਾ ਨਹੀਂ ਲੱਗਦਾ। ਆਓ ਮੇਰੇ ਵੀਰਿਓ, ਮੈਂ ਬੇਨਤੀ ਕਰੂੰਗਾ ਲੰਬੜ ਕੋਚ ਨੂੰ ਵੀ ਜ਼ਿਆਦਾ ਪਲੇਅਰ ਖੜੇ ਨੇ ਪਲੀਜ਼ ਇੱਕ ਸਾਈਡ 'ਤੇ ਬਿਠਾ ਲਿਓ। ਦੋਤੇ ਵਾਲਾ ਰੁਪਿੰਦਰ ਨਾਨ ਸਟੋਪ ਪਾ ਰਿਹਾ ਮੇਰੇ ਵੀਰੋ, ਨਾਨ ਸਟੋਪ ਕਬੱਡੀਆਂ ਪਾ ਰਿਹਾ ਆਪਣੀ ਟੀਮ ਦੇ ਲਈ, ਸਿਰੇ ਦਾ ਪ੍ਰਦਰਸ਼ਨ ਕਰ ਰਿਹਾ। ਲਾਈਟਾਂ ਲੱਗ ਗਈਆਂ ਨੇ। ਆਓ ਸਾਹਮਣੇ ਫਰਿਆਦ ਅਲੀ ਦਾ ਵੀਰ, ਮਲੂਕ ਅਲੀ ਦਾ ਵੀਰ, ਫਕੀਰ ਹੁਸੈਨ ਦਾ ਪੁੱਤਰ, ਦੁਨੀਆ ਦਾ ਟਾਪਰ ਅੱਜ ਦੇ ਸਮੇਂ ਦਾ, ਇਹ ਕਬੱਡੀ ਦਾ ਉੱਡਣਾ ਸੱਪ ਹੈ, ਇਹ ਸ਼ਹਿਯਾਦ ਅਲੀ ਹੈ। ਆਓ ਮੁੰਡੇ ਚਿੱਟੀਆਂ ਨਿੱਕਰਾਂ ਵਾਲੇ ਜਦੋਂ ਆਉਂਦੇ ਆ ਤੇ ਦੁਨੀਆ ਨੂੰ ਸਰੂਰ ਚਾੜ ਦਿੰਦੇ ਆ। ਇੰਦਰਜੀਤ ਕਲਸੀਆਂ ਵੀ ਕਹਿੰਦੇ ਮਿਹਨਤ ਕਰ ਰਿਹਾ ਪੁੱਜੂ ਥੋੜੇ ਦਿਨਾਂ ਬਾਅਦ। ਆਓ ਸਾਹਮਣੇ ਵੇਖਦਾ ਵੀ ਇਸ ਵੇਲੇ ਸ਼ਹਿਯਾਦ ਪੁਆਇੰਟ ਲੈ ਕੇ ਵਾਪਸ ਗਿਆ। ਲੰਬੜ ਜੀ ਪਲੀਜ਼ ਥੋੜਾ ਕੰਟਰੋਲ ਰੱਖੀਏ, ਹੱਥ ਬੰਨ ਕੇ ਬੇਨਤੀ ਹੈ ਵੀ ਬੰਦੇ ਬਹੁਤ ਜ਼ਿਆਦਾ ਖੜੇ ਹੈ ਔਰ ਇੰਨਾ ਚੰਗਾ ਨਹੀਂ ਲੱਗਦਾ। ਮੇਰੀ ਹੱਥ ਬੰਨ ਕੇ ਬੇਨਤੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀਰ, ਉਹ ਤੁਸੀਂ ਭਾਈ ਹੋ ਕਿਉਂਕਿ ਲੋਕ ਕਬੱਡੀ ਦੇਖਣ ਆਏ ਆ, ਦੇਖ ਲੈਣ ਦੀ ਇਹ ਕਬੱਡੀ ਥੋੜਾ ਆਪ ਵੀ ਜਿਹੜੇ ਸਪੇਅਰ ਹੈ ਬੈਠ ਜਾਣ ਤੇ ਬੜੀ ਵਧੀਆ ਗੱਲ। ਸਾਡੇ ਰਾਜੂ ਪ੍ਰਧਾਨ ਦੇ ਬਹੁਤ ਹੀ ਸਤਿਕਾਰਤ ਦੋਸਤ ਸ਼ੀਤਲ ਅਨੁਰਾਗ ਜੀ ਔਰ ਸੁਮਿਤ ਜਲੰਧਰ ਜੀ, ਹਰਜੀ ਮਾਨ ਸਾਹਿਬ, ਰਾਜੂ ਸੁਰਵਾੜਾ, ਰਵੀ ਜਲੰਧਰ, ਅਸ਼ੋਕ ਜੀ ਸਾਡੇ ਜਲੰਧਰ ਤੋਂ, ਸਾਰੇ ਭਰਾ ਚੇਤੇ ਤੌਰ ਤੇ ਪੁੱਜੇ ਹੈ। ਜੀਆਂ ਨੂੰ ਆਖਦੇ ਹੈ ਆਓ ਹਾਕਮ ਵਾਲੀਆ ਜੱਗੂ, ਹਾਕਮ ਵਾਲੀਆ ਜੱਗੂ ਕੇ ਹਾਕਮ ਵਾਲੀਆ ਫੜਦੇ ਆ ਰਫਤਾਰ ਕਬੱਡੀ ਨੇ। ਹੁਣ ਪਿੰਡਾਂ ਵਾਲੇ ਮੁੰਡੇ ਬਣਾਤੇ ਸਟਾਰ ਕਬੱਡੀ ਨੇ, ਪਿੰਡਾਂ ਵਾਲੇ ਪਿੰਡਾਂ ਵਾਲੇ ਮੁੰਡੇ ਬਣਾਤੇ ਸਟਾਰ ਕਬੱਡੀ ਨੇ। ਉਧਰ ਫਰਦ ਸੇਖੋ ਜਸ ਬਾਜਵਾ ਜੀ ਵੀਰ ਦੇ ਕਿੰਗ ਹੈਰੀ ਯੂਥ ਲੀਡਰ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ। ਕਿੰਗ ਹੈਰੀ ਮੇਰੇ ਵੀਰੋ ਇੰਸਟਾਗ੍ਰਾਮ ਤੇ ਜਦੋਂ ਵੀਰ ਨੂੰ ਦੇਖਦੇ ਹੈ ਔਰ ਸਾਡਾ ਵੀਰ ਚੇਤੇ ਤੌਰ ਤੇ ਪੁੱਜਿਆ, ਧੰਨਵਾਦ ਕਰਦੇ ਹਾਂ। ਔਰ ਰਿੰਕੂ ਫਰੈਟੀ ਦੀ ਕਬੱਡੀ ਅਮਰੀਕ ਚੱਕ ਮਾਈਕ। ਉਧਰ ਪਹਿਲੀ ਤਰਨ ਸੇਖੋ ਜਸ ਬਾਜਵਾ ਵੀਰ ਦੇ ਸਾਡੇ ਧੰਨਵਾਦ। ਆਓ ਸਾਹਮਣੇ ਕਹਿੰਦੇ ਇਸ ਵੇਲੇ ਆਓ ਗੋੜਾ ਜਗਰਾਲ ਪਿੰਡ ਵਾਲਾ ਖੇੜਾ ਕਿਵੇਂ ਇੰਗਲੈਂਡ, ਰੇਡਾਂ ਵੀ ਚੋਟੀ ਦੀਆਂ ਪਾਈਆਂ ਮੇਰੇ ਮਿੱਤਰੋ। ਆਹ ਮੁੰਡੇ ਨੇ ਜਦੋਂ ਤੁਰਤਾ ਵੇ ਧਰਤੀ ਨੂੰ ਪਤਾ ਲੱਗਦਾ ਕਿ ਰੁਤਬਾ ਤੇ ਦੇਖ ਪਤੰਦਰ ਦਾ, ਜਿਵੇਂ ਤੁਰੇ ਕੋਈ ਚਾਕੂ ਚੱਪਣ ਦਾ ਕੀ ਕੁਝ ਨੀ ਲੰਘਾਤਾ ਪੁਲਾਂ ਥੱਲੋ, ਇਹਦੇ ਟਾਈਮ ਜਾਣਦਾ ਨੰਗਲ ਦਾ, ਇੱਥੇ ਟਾਈਮ ਜਾਣਦਾ ਨੰਗਲ ਦਾ।
ਅਗਲੀ ਕਬੱਡੀ ਪਾਉਣ ਦੇ ਲਈ ਮੁੰਡਾ ਵਾਧਾ ਹੋਇਆ। ਇੱਧਰ ਕਹਿੰਦੇ ਘੋੜੇ ਵਰਗੇ, ਸੂਟ ਵਰਗੇ, ਉਹ ਮੁੰਡੇ ਚੱਕੇ ਵਰਗੇ, ਮੁੰਡੇ ਦਿੱਲੀ ਵਰਗੇ, ਉਹ ਪੱਟਾਂ ਤੇ ਥਾਪੀਆਂ ਮਾਰਦੇ ਮੇਰੇ ਮਿੱਤਰੋ, ਕਿ ਮਾਰਦੇ ਪੱਟਾਂ ਤੇ ਥਾਪੀਆਂ, ਦੁੱਧ ਪੀਤਾ ਜਿੱਦਾਂ ਬਾਵਾਂ ਦਾ, ਮਾਰਦੇ ਪੱਟਾਂ ਤੇ ਥਾਪੀਆਂ, ਦੁੱਧ ਪੀਤਾ ਜਿੱਦਾਂ ਬਾਵਾਂ ਦਾ। ਅਵੀ ਜੱਦਾ ਅਵੀ ਖੈਰੇ ਮਾਝੇ ਵਾਲਾ ਅਵੀ ਨਿੱਕੂ ਕੋਚ ਦਾ ਕਹਿੰਦੇ ਚੱਕਿਆ ਹੋਇਆ, ਤੇ ਨਿੱਕੂ ਕੋਚ ਦਾ ਪੁੱਤਰ ਇਸ ਲਈ ਖੇਡ ਮੈਦਾਨ ਦੇ ਵਿੱਚ ਬੜੇ ਲੰਬੇ ਸਮੇਂ ਬਾਅਦ, ਜੰਡੀ ਦੇ ਟੂਰਨਾਮੈਂਟ ਤੇ ਸੱਟ ਲੱਗੀ ਸੀ, ਬੜੇ ਲੰਬੇ ਸਮੇਂ ਬਾਅਦ ਆਇਆ। ਆਹ ਅਮਨ ਪ੍ਰਭਦੀਪ ਸਿੰਘ ਬਿੱਲੀ ਲੱਲੀਆਂ ਵਾਲੇ ਨੇ ਜੱਫਾ ਲਾ ਕੇ 500 ਰੁਪਇਆ ਹਾਂ ਰਾਜੂ ਪਦਾਸ ਵੱਲੋਂ 500 ਰੁਪਇਆ ਜਾਫੀ ਦੇ ਲਈ, ਤੇ 500 ਰੁਪਇਆ ਨਾ ਬੋਲਾ ਤੋਂ ਖੁਸ਼ ਹੋ ਕੇ ਪੁੱਜਿਆ। ਲੈ ਵੀ ਸੰਦੀਪ ਸਿੰਘ ਪੁੱਜਦਾ ਕਰਦੇ, ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ। ਆਓ ਸਾਹਮਣੇ ਕਬੱਡੀ ਰਣੀਆਂ, ਮਾਧੋਪੁਰੀਆ ਰਣੀਆਂ, ਗੁਰਵਿੰਦਰ ਘਾਂਗੇ ਵਾਲਾ ਕਬੱਡੀ ਦਾ ਨਾਟ ਗਿਆਰਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਹੈ। ਔਰ ਸਾਡੇ ਦਰਮਿਆਨ ਰਕੇਸ਼ ਕੁਮਾਰ SHO ਸਾਹਿਬ ਅਚੇਚੇ ਤੌਰ ਤੇ ਪੁੱਜੇ ਹੈ, GN ਨੂੰ ਆਖਦੇ ਹੈ ਧੰਨਵਾਦ ਕਰਦੇ ਅੱਜ ਦੇ ਮੇਲੇ ਤੇ ਪੁੱਜਣ ਤੇ। ਥੋੜਾ ਗਰਾਊਂਡ ਦਾ ਡਿਸਿਪਲਿਨ ਬਣਾਈਏ ਮੇਰੇ ਵੀਰਿਓ। ਆਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਦੀਪ ਦਬੁਰਜੀ ਵਾਲਾ, ਜਿੱਡਾ ਤਕੜਾ ਮੈਚ ਹੈ, ਦੁਨੀਆ ਦੀ ਕਰੀਮ ਖੇਡ ਰਹੀ ਹੈ, ਉਧਰ ਜੱਫਾ ਲੱਗਦਾ ਇਧਰ ਜੱਫਾ ਲੱਗਦਾ। ਆਓ ਤੋਤੇ ਵਾਲਾ ਘੋੜਾ ਇਸ ਵੇਲੇ ਮੁਕਸਰੀਆ, ਪੱਲੇ 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 ਕਰਵਾ ਗਿਆ ਮੇਰੇ ਵੀਰੋ ਮਾਤਾ ਪੰਜਾਬ ਕੌਰ। ਸੰਦੀਪ ਨੰਗਲੰਬੀਆ ਕਬੱਡੀ ਕਲੱਬ ਦੇ ਲਈ ਤੋਤੇ ਵਾਲੇ ਘੋੜੇ ਦਾ ਜੱਫਾ ਹੈ, ਜੱਫਾ ਵਧੀਆ ਲੱਗਿਆ, ਕੋਰੀ ਤਾੜੀਆਂ ਜ਼ੋਰਦਾਰ ਮਾਰਦੇ। ਉਹ ਸਾਹਮਣੇ ਕਹਿੰਦੇ ਤਾੜੀ ਵੱਜ ਰਹੀ ਹੈ, ਦਬੁਰਜੀ ਵਾਲੇ ਦੀਪ ਨੇ ਘੋੜੇ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖਿਆ ਟਕਾ ਕੇ, ਵੀ ਇਹ ਸ਼ੈ ਕੀ ਹੈ ਵੀ ਜਿਹਨੇ ਦੀਪ ਫੜਿਆ। ਦੀਪ ਕੱਲ ਵੀ ਇਹ ਮੁਬਾਰਕਾਂ, ਅੱਜ ਵੀ ਇਹ ਕਰੋ ਜਾਣਦਾ। ਸਰਦਾਰ ਪਰਮਜੀਤ ਸਿੰਘ ਜੀ ਚੇਤੇ ਤੌਰ ਤੇ ਪੁੱਜੇ ਹੈ, ਔਰ ਰਕੇਸ਼ ਕੁਮਾਰ ਜੀ ਨੂੰ ਬੇਨਤੀ SHO ਸਾਹਿਬ ਨੂੰ ਉਹਨਾਂ ਨੂੰ ਯਾਦ ਕਰ ਰਹੇ ਨੇ ਸਟੇਜ ਤੇ, ਬੜੀ ਮਿਹਰਬਾਨੀ। ਇਧਰਲੇ ਪਾਸੇ ਉਧਰਲੇ ਪਾਸੇ ਰੋ ਕੇ ਜਿੱਤਬਾਜੀ ਵਿੱਚ ਛੱਟੇ ਤਖਤ ਹਜ਼ਾਰੇ ਜਾਂਦੇ ਨੇ, ਮਾੜਾ ਹੋਵੇ ਟਾਈਮ ਤੇ ਮਿਰਜੇ ਬਾਰੇ ਜਾਂਦੇ ਨੇ, ਕਾਲੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ, ਤੁੜਕਾ ਤੁੜਕਾ ਕਰਕੇ ਗੁੱਡੀ ਚੜਦੀ ਹੁੰਦੀ ਆ। ਰਿੰਕੂ ਖਰੰਟੀ ਅਗਲੀ ਕਬੱਡੀ ਪਾ ਰਿਹਾ ਰੁਪਿੰਦਰ, ਕਹਿੰਦੇ ਵੀ 16 ਜੱਫੇ ਹੁਣ ਤੱਕ ਦੋਨੋਂ ਪਾਸਿਆਂ ਤੋਂ ਲੱਗੇ ਨੇ ਮੇਰੇ ਵੀਰਿਓ, 17ਵਾਂ ਜੱਫਾ ਕੌਣ ਲਾਊਗਾ, ਆ ਲੱਲੀਆਂ ਵਾਲਾ ਬਿੱਲੀ ਲਾਊਗਾ ਤੇ ਧੰਨ ਧੰਨ ਹੋ ਜੂ ਮੇਰੇ ਮਿੱਤਰੋ। ਪਰ ਦੂਜੇ ਪਾਸੇ ਖਰੈਟੀ 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 ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ, ਪੁਆਇੰਟ ਦਾ ਵਾਧਾ ਕਰ ਗਿਆ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਰ ਰਣੂਆ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਹੁੰਦਾ ਹੋਇਆ। ਲਓ ਅਗਲੀ ਕਬੱਡੀ SGPC ਤੇ ਤੇਰਾ ਪਲੰਟੀ ਕਬੱਡੀ ਕਲੱਬ ਨਿਊਜ਼ੀਲੈਂਡ, ਜਲਦੀ ਦੇ ਨਾਲ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। SGPC ਤੇ ਬੇਅ ਪਲੰਟੀ ਕਬੱਡੀ ਕਲੱਬ ਨਿਊਜ਼ੀਲੈਂਡ ਦਾ ਮੈਚ ਹੋਣਾ, ਡੱਗੋ ਵਾਲੇ ਸ਼ਰਨੇ ਨੇ ਜੱਫਾ ਲਾਇਆ ਫਰੀਦਕੋਟੀਏ ਨੇ। ਆਓ ਸਾਹਮਣੇ ਕਹਿੰਦੇ ਦੀਪ ਅਗਲੀ ਰੇਡ ਪਾਉਣ ਦੇ ਲਈ, ਸਰ ਜਿਹੜਾ ਤਿਆਰ ਵਰ ਤਿਆਰ ਹੈ ਹਟਦਾ ਇਹਦੀ ਵੀ ਪਾਉਣੋ, ਇਹ ਫੇਰ ਫੇਰ ਕੀ ਅੜੜ ਕੇ ਪਾਉਂਦਾ ਮੇਰੇ ਮਿੱਤਰੋ। ਉਹ ਜਦੋਂ ਮਸਲੇ ਅੜਖਾਂ ਦੇ ਬਣੇ ਹੁੰਦੇ ਆ, ਉਹ ਅੜਖਾਂ ਦੇ ਬਣੇ ਹੁੰਦੇ ਆ, ਅੜਖਾਂ ਖੂਨ ਚ ਹੁੰਦੀ ਆ, ਇਹ ਡਾਊਨਲੋਡ ਦੀ ਹੁੰਦੀ ਆ। ਇੱਧਰ ਕਹਿੰਦੇ ਦਬੁਰਜੀ ਵਾਲਾ ਦੀਪ ਮੇਰੇ ਮਿੱਤਰੋ, ਉਹ ਗੁੱਤ ਫੜਿਆ ਗਿਆ ਕਿ ਨਿੱਕੀ ਨਿੱਕੀ ਗੱਲ ਉੱਤੇ ਰੁੱਸ ਰੁੱਸ ਬੈਠਾ ਏ, ਬਾਹ ਵੀ ਨੀ ਛੱਡਦਾ ਤੇ ਜਾਣ ਨੂੰ ਵੀ ਕਹਿੰਦਾ ਏ। ਆਹ ਸਾਹਮਣੇ ਕਿਹੜੇ ਕਬੱਡੀ ਪੈ ਰਹੀ ਹੈ, ਉਹ ਧਾਗੇ ਵਾਲਾ ਤੂੰ
ਦੂਰੋਂ ਦੀਦਾ ਮੇਰੇ ਮਿੱਤਰੋ, ਉਹ ਘਾਗੇ ਵਾਲਾ ਦੂਰੋਂ ਦੀਦਾ। ਰਮਨ ਲਾਵੇ ਫਿਕਰ ਹੁਣ, ਇਹ ਤੂੰ ਤੇ ਕੁਝ ਨਹੀਂ ਹੋਣਾ, ਲਾਵੇ ਫਿਕਰ। ਰਮਨ ਪੱਟਾ ਵੀਰ ਲੱਗੀ ਹੋਣੀ ਭਰਾ ਦੇ ਰਾਜੂ ਪਧਾਸ, ਇਹ ਯਾਰ ਨੇ ਯਾਰਾਂ ਦੇ ਮਿਹਨਤਾਂ ਕੀਤੀਆਂ, ਮਿਹਨਤਾਂ ਨਹੀਂ ਰਾਤ ਹੀ ਨੰਗੀ ਆ, ਤਿਰਤਾ ਨਹੀਂ ਸੋਚ ਸਕਿੱਲ ਵੱਡੀ ਆ, ਬਾਕੀ ਗੱਲ ਰੱਬ ਤੇ, ਬਾਕੀ ਗੱਲ ਰੱਬ ਤੇ ਛੱਡੀ ਹੈ, ਬਾਕੀ ਗੱਲ ਰੱਬ ਤੇ ਛੱਡੀ ਹੈ। ਅਭੀ ਖੈਰਾ ਬਾਝਾ ਮੇਰੇ ਵੀਰਿਓ, ਆਹ ਚਮਿਆਰਾ ਵੀ ਨਾਲ ਹੈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰਿਓ, ਅਭੀ ਦੀ ਪਈ ਹੋਈ ਕਬੱਡੀ, ਨਿੱਕੂ ਕੋਚ ਸਾਹਿਬ ਦਾ ਬੇਟਾ, ਆਹ ਸਾਹਮਣੇ ਦੂਜੇ ਪਾਸੇ ਚੱਕਾ ਚਕਾਲਗੋ ਵਾਲਾ ਤੇ ਅਭੀ ਖੈਰੇ ਮਾਝੇ ਵਾਲਾ ਅਭੀ ਨੰਬਰ ਲੈ ਕੇ ਵਾਪਸ ਗਿਆ। ਇਸ ਨੌਜਵਾਨ ਦੇ ਚੰਡੀ ਦੇ ਮੇਲੇ ਤੇ ਸੱਟ ਲੱਗ ਗਈ ਸੀ, ਪਰ ਬੜੇ ਲੰਬੇ ਸਮੇਂ ਦੇ ਬਾਅਦ ਇਹ ਨੌਜਵਾਨ ਫਿਰ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਫਿੱਟ ਹੋ ਕੇ ਆਇਆ, ਔਰ ਸਾਡੀਆਂ ਦੁਆਵਾਂ ਨੇ ਜਿੰਨੇ ਖਿਡਾਰੀ ਖੇਡਦੇ ਨੇ ਹੱਸਦੇ ਖੇਡਦੇ ਆਉਣ, ਹੱਸਦੇ ਖੇਡਦੇ ਜਾਣ, ਕਬੱਡੀ ਦਾ ਬਾਪ ਰੋਲਾ ਇਹਨੂੰ ਜੱਫਾ ਨਹੀਂ ਲੱਗਿਆ ਹਜੇ ਤੱਕ, ਇਹ ਫੜਿਆ ਨਹੀਂ ਗਿਆ। ਜਿਹੜੇ ਜਿਹੜੇ ਰੁਪਿੰਦਰ ਤੋਤੇ ਵਾਲੇ ਦੇ ਫੈਨ ਆ, ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਮੇਰੇ ਵੀਰੋ, ਲੱਗਦੀ ਹੈ ਮੇਰੇ ਮਿੱਤਰੋ। ਰੁਪਿੰਦਰ ਨੇ ਆਖਿਆ ਕਿ ਰੁਪਿੰਦਰ ਲਈ ਤਾੜੀ ਮਾਰੋ, ਇੱਕ ਜਲਾਲ ਵਾਲਾ ਇੱਕ ਤੋਤੇ ਵਾਲਾ, ਉਹ ਵੱਡੇ ਨਾਮ ਨੇ ਕਬੱਡੀ ਦੇ ਵਿੱਚ। ਵਰਿੰਦਰ ਕਹਿੰਦੇ ਸ਼ਾਜੀ ਉਹ ਕਬੱਡੀ ਭਾਰਿਆ ਮੇਰੇ ਮਿੱਤਰੋ, ਬੜੀ ਨਿਮਰਤਾ ਮੁੰਡੇ ਦੇ ਵਿੱਚ। ਇਹ ਹਾਲੇ ਕਹਿੰਦੇ ਛੋਟਾ ਸੋਹਣਾ, ਹਾਲੇ ਵੱਡਾ ਨਹੀਂ ਆਇਆ, ਹਾਲੇ ਕਹਿੰਦੇ ਛੋਟਾ ਸੋਹਣਾ। ਦੁਨੀਆਂ ਦੇ ਵਿੱਚ ਗੱਲਾਂ ਨੇ, ਉਧਰ ਕਹਿੰਦੇ ਪਾਲੇ ਵਾਲੇ ਪਿਆਰ ਹੈ ਫੁੱਲੇ ਦੇ, ਉਡੀਕਾਂ ਮਕੋਤੀਆਂ ਨੇ ਉਹ ਗੌਂਦਰਾਂ ਵਾਲੇ ਪੰਬੇ ਦੇ ਚੇਲੇ ਦੇ, ਉਡੀਕਾਂ ਮਕੋਤੀਆਂ ਨੇ ਕਹਿੰਦੇ ਤੁੱਲਾ ਆਇਆ ਹੋਇਆ ਅੱਜ ਬੇਕੋਵਾਲ ਦੇ ਮੇਲੇ ਤੇ। ਜੇ ਤੂੰ ਦੀਪ ਨੂੰ ਜੱਫਾ ਲਾਵੇ, ਜੇ ਤੂੰ ਦੀਪ ਨੂੰ ਜੱਫਾ ਲਾਵੇ, ਕਮਲ ਸੁੱਚਾ ਬਰਾਬਰ 500 ਦੇਣਗੇ। ਲਓ ਸਾਹਮਣੇ ਅਗਲੀ ਕਬੱਡੀ ਮੇਰੇ ਵੀਰੋ, ਅਭੀ ਅਭੀ ਖੈਰੇ ਮਾਝੇ ਵਾਲਾ ਕਪੂਰਥਲੀਆ, ਪਰ ਹਲਕਾ ਟੱਚ ਲੱਗਿਆ ਹੈ, ਲੱਭੂ ਸੀਚੇ ਵਾਲੀਏ ਨੇ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾ ਜੁੜਿਆ। ਕਲਵਿੰਦਰ ਧਰਮਪੁਰਾ ਬਰੇਟਿਆਂ ਦਾ ਇਲਾਕਾ ਹੈ, ਬੜੀ ਬੜੇ ਲੰਬੇ ਸਮੇਂ ਬਾਅਦ ਕੋਈ ਪਲੇਅਰ ਉੱਠੇ ਨੇ, ਚਾਹੇ ਹਾਕਮ ਵਾਲੀ ਜੱਗੂ ਹੋਵੇ, ਚਾਹੇ ਚਟਾਣਿਆਂ ਵਾਲਾ ਕਲਵੀਰ ਹੋਵੇ, ਚਾਹੇ ਕਲਵਿੰਦਰ ਧਰਮਪੁਰੇ ਵਾਲਾ ਹੋਵੇ, ਉਸ ਇਲਾਕੇ ਦੇ ਵਿੱਚ ਮੇਰੇ ਵੀਰੋ ਲੋਕਾਂ ਨੂੰ ਉਮੀਦ ਸੀ ਖਿਡਾਰੀ ਉੱਠਣਗੇ ਤੇ ਨੌਜਵਾਨ ਉੱਠੇ ਨੇ। ਇਹਨਾਂ ਦਾ ਨਾਂ ਵੱਡਾ ਹੋਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਬੜੀ ਦੂਰੀ ਤੈਅ ਕਰਕੇ ਮੇਰੇ ਵੀਰੋ ਮਾਝੇ ਤੇ ਦੁਆਬੇ ਦੇ ਖੇਡ ਮੈਦਾਨਾਂ ਦੇ ਵਿੱਚ, ਕੁਆਹ ਦੇ ਖੇਡ ਮੈਦਾਨਾਂ ਦੇ ਵਿੱਚ ਪੁੱਜਦੇ ਆ। ਆਓ ਸਾਹਮਣੇ ਕਬੱਡੀ 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 ਤੁਪੁਰਜੀ ਵਾਲੇ ਦੀਪ ਦੀ ਚਾਰ ਜਾਫੀ ਨੇ ਇਸ ਵੇਲੇ ਚਾਰਾਂ ਦੇ ਵਿੱਚੋਂ, ਹੁਣ ਕੌਣ ਮੇਰੇ ਵੀਰਿਓ ਚਾਰੇ ਚੜ੍ਹਦੀ ਜੀ ਬਰੇਸ ਰਹੇ ਹੈ, ਦੀਪ ਤੁਪੁਰਜੀ ਵਾਲਾ ਤੇ ਸੋਹਣ ਚੱਕ ਸਾਪੂ ਵਾਲਾ ਮੇਰੇ ਵੀਰਿਓ, ਮੰਡੀ ਅੱਪਰਾ ਦੇ ਇਲਾਕੇ ਦਾ ਖਿਡਾਰੀ, ਪਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਕਹਿੰਦੇ ਤਬੁਰਜੀ ਪਿੰਡ ਪੂਰੀ ਦੁਨੀਆਂ ਦੇ ਵਿੱਚ ਹੈ ਮਸ਼ਹੂਰ। ਮਿੱਤਰੋ ਆਹ ਤੋਤੇ ਵਾਲਾ ਰੁਪਿੰਦਰ ਜਿਹੜਾ ਹਜੇ ਤੱਕ ਫੜਿਆ ਨਹੀਂ ਗਿਆ, ਜਿਹਨੂੰ ਹਜੇ ਤੱਕ ਜੱਫਾ ਨਹੀਂ ਲੱਗਿਆ, ਬੜਾ ਤਕਨੀਕੀ ਰੇਡਰ ਸਾਡੀ ਖੇਡ ਕਬੱਡੀ ਦਾ। ਹੁਣ ਚਾਰ ਜਾਫੀ, ਚਾਰੇ ਜਾਫੀ ਨਹੀਂ ਸਿਰੇ ਦੇ ਨੇ, ਅੱਜ ਦੇ ਸਮੇਂ ਦੇ ਵਿੱਚ ਨਾ ਚੱਲਣ ਵਾਲੀ ਗੱਲ ਹੈ ਮੇਰੇ ਵੀਰੋ, ਇਹਨਾਂ ਖਿਡਾਰੀਆਂ ਦਾ ਦੌਰ ਚੱਲਣ ਵਾਲੀ ਗੱਲ ਹੈ। ਆਹ ਤੋਤੇ ਵਾਲਾ ਜਦੋਂ ਹੱਸਦਾ ਨੱਚਦਾ ਟੱਪਦਾ ਪਿਛਲ ਖੁਰੀ ਭਜਦਾ ਤੇ ਦੁਨੀਆਂ ਦੇ ਦਿਲ ਜਿੱਤ ਲੈਂਦਾ। ਜਿਹੜੇ ਪੁਰਾਣੇ ਖਿਡਾਰੀ ਹੈ ਉਹ ਸੋਚਦੇ ਆ ਵੀ ਮੁੰਡੇ ਦੇ ਸਰੀਰ ਅੰਦਰ ਕੌਡੀ ਬੜੀ ਕਰੋੜਾਂ ਦੀ ਛੁਪੀ ਹੋਈ ਹੈ, ਨਿਮਰਤਾ ਵੀ ਬੜੀ ਹੈ। ਆਹ ਨੌਜਵਾਨ ਮੇਰੇ ਵੀਰੋ ਸ਼ਹਿਯਾਦ, ਉਹ ਕਹਿੰਦੇ ਸ਼ਾਜੀ ਦੀ ਕਬੱਡੀ ਪੈ ਰਹੀ ਹੈ, ਇਹ ਤੇ ਕਹਿੰਦੇ ਪਹਿਲਾ ਸੈਂਦੀ ਹਲੇ ਦੂਜਾ ਸੈਂਦੀ ਖੇਡਿਆ ਜਾਣਾ ਮੇਰੇ ਮਿੱਤਰੋ, ਕਿ ਦੇਖੋ ਜੱਫੇ ਲੱਗਦੇ ਚੋਟੀ ਦੇ ਮੱਲਾਂ ਨੂੰ, ਉਹ ਬੱਕਰੀ ਬਦਾਮ ਖਾ ਕੇ ਮੱਲ ਨਹੀਂ ਬੜੀ
ਮਿੱਠੇ ਦਾ ਟਾਈਮ ਠਹਿਰ ਕੇ ਬਣਾ ਕੇ ਛੱਡਾਂਗੇ। ਉਹ ਜਿਹੜੇ ਸਾਨੂੰ ਆਖਦੇ ਕਿ ਗੱਲ ਨਹੀਂ ਬਣੀ, ਤੇਰਾ ਟਾਈਮ ਠਹਿਰ ਕੇ ਬਣਾ ਕੇ ਛੱਡਾਂਗੇ। ਜਿਹੜੇ ਸਾਨੂੰ ਆਖਦੇ ਕਿ ਗੱਲ ਨਹੀਂ ਬਣੀ, ਉਹ ਕਹਿੰਦੇ ਅਭੀ ਦੇ ਚਰਚ ਉਹ ਦੁਨੀਆ ਭਰ ਦੇ ਵਿੱਚ ਆ ਮੇਰੇ ਮਿੱਤਰੋ। ਅਗਲੇ ਬੱਚਿਆਂ ਦੇ ਲਈ ਨਿਊਜ਼ੀਲੈਂਡ ਚਮਿਆਰੇ ਦੀ ਗੱਲ ਕੀਤੀ, ਆਹ ਆ ਗਿਆ ਇੰਦਰਜੀਤ ਤੁੰਨਾ ਚਮਿਆਰੇ ਵਾਲਾ, ਦੁਨੀਆ ਦਾ ਮਹਾਰਥੀ ਮੇਰੇ ਵੀਰੋ। ਕਬੱਡੀ ਖੇਡੀ ਤੇ ਦੁਨੀਆ ਨੂੰ ਦੱਸਿਆ ਮੈਂ ਵੀ ਤੁੰਨਿਆ, ਜੀਆਂ ਨੂੰ ਆਖਦਿਆਂ ਨੌਜਵਾਨ ਚਮਿਆਰੇ ਵਾਲਾ ਤੁੰਨਾ, ਕਹਿੰਦੇ ਤੁੰਨ ਤੁੰਨ ਕੇ ਜੱਫੇ ਲਾਉਂਦਾ ਰਿਹਾ, ਮਾਣ ਹੈ ਸਾਡੀ ਖੇਡ ਕਬੱਡੀ ਦਾ। ਚਮਿਆਰੇ ਵਾਲਾ ਹੈਪੀ ਤੇ ਚਮਿਆਰੇ ਵਾਲਾ ਤੁੰਨਾ, ਕਹਿੰਦੇ ਦੁਨੀਆ ਦੇ ਰੁਸਤਮ ਆਓ ਸਾਹਮਣੇ ਕਬੱਡੀ ਖੇਡ ਮੈਦਾਨ ਅੰਦਰ ਮੇਰੇ ਵੀਰੋ। ਪੈ ਚੁੱਕੀ ਆ ਕੁਲਵਿੰਦਰ ਦੀ ਪੈਨੀ ਤੇ ਤਰਨ ਸੇਖੋਂ ਜਸ ਬਾਜਵਾ ਜੀ ਸਾਡੇ ਵੀਰ ਅਚੇਚੇ ਤੌਰ ਤੇ ਆਏ ਹੈ, ਤੈ ਦਿਲ ਤੋਂ ਧੰਨਵਾਦ ਕਰਦੇ ਹਾਂ। ਪੈਨੀ ਹੋਣਾ ਦਾ ਤੇ ਨਾਲ ਤਰਨ ਸੇਖੋਂ ਹੋਣਾ ਦਾ ਜਸ ਬਾਜਵੇ ਹੋਣਾ ਦਾ ਤੈ ਦਿਲ ਤੋਂ ਧੰਨਵਾਦ ਹੈ। ਲੈ ਵੀ ਚਮਿਆਰੇ ਵਾਲਿਆ ਜਿਉਂਦਾ ਵਸਦਾ ਰਹਿ। ਆਓ ਸਾਹਮਣੇ ਦੀਪ ਕਪੁਰਜੀ ਵਾਲਾ, ਕਪੁਰਜੀ ਵਾਲਾ ਦੀਪ, ਕਬੱਡੀ 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 ਕਰਦਾ ਹੋਇਆ ਨੌਜਵਾਨ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਗਿਆ। ਚਮਿਆਰੇ ਵਾਲਾ ਪਿੰਦਰ ਆ ਗਿਆ, ਬੇਆ ਪਲਾਂਟੀ ਜਦੋਂ ਨਿਊਜ਼ੀਲੈਂਡ 'ਚ ਖੇਡਦੀ ਤੇ ਪਿੰਦਰ ਪੁੱਜਦਾ। ਅੱਜ ਮੇਰੇ ਵੀਰੋ ਨੌਜਵਾਨੋ ਟੀਮ ਪੁੱਜੀ ਹੋਈ ਹੈ, ਚਮਿਆਰੇ ਵਾਲਾ ਪਿੰਦਰ ਪੁੱਜਿਆ ਹੋਇਆ, ਪਿੰਦਰ ਬੇਗੋ ਵਾਲੀਏ ਦਾ ਪਿੰਡ ਹੈ, ਤੀਰਥ ਟਵਾਲ ਹੋਣਾ ਦਾ ਤੇ ਨਾਲ ਟਰੰਗੇ ਵਾਲੇ ਤਾਰੀ ਹੋਣਾ ਦਾ, ਦੀਪ ਮਠੰਡੇ ਹੋਣਾ ਦਾ, ਉਹਨਾਂ ਦੇ ਸਾਰੇ ਸਾਥੀਆਂ ਦਾ ਅੱਜ ਦੇ ਮੇਲੇ ਦੇ ਲਈ ਵੱਡਾ ਸਹਿਯੋਗ। ਆਓ ਸਾਹਮਣੇ ਅਗਲੀ ਕਬੱਡੀ ਸ਼ਹਿਜਾਦ ਅਲੀ ਦੀ। ਆਓ ਸਾਹਮਣੇ ਕਹਿੰਦੇ ਸ਼ਾਜੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ। ਅੱਜ ਕਹਿੰਦੇ ਜੋਤਾਂ ਵਾਲੇ, ਅੱਜ ਜੋਰ ਵਾਲੇ ਜਿੱਤਣ ਗਿਆ ਧਰਤੀ ਤੋਂ, ਵੇਲਾ ਬਾਕੀ ਕਹਿੰਦੇ ਤਕੜਾ ਕੱਖ ਵੀ ਪੂਰਾ ਹੋ ਗਿਆ ਮੇਰੇ ਮਿੱਤਰੋ। ਇਹ ਸੋਹਣ ਹੈ ਇੱਧਰ ਕਹਿੰਦੇ ਸ਼ਾਜੀ, ਉਹ ਬੱਲੇ 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 ਬੱਲੇ, ਹੁਣ ਤੇ ਕਹਿਣ ਨੂੰ ਜੀ ਕਰਦਾ ਸ਼ਾਜੀ ਕਿ 25-25-50 ਕੋਈ ਸਾਨੂੰ ਸੱਤ ਉੱਤੇ ਵਿਖਾ, ਕੋਈ ਸਾਨੂੰ ਸੱਤ ਉੱਤੇ ਵਿਖਾ। ਆਹ ਕਹਿੰਦੇ ਗੋਰਾ ਇਸ ਵੇਲੇ ਜਗਰਾਤ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ। ਉਹ ਪੱਟਾਂ ਦੇ ਥਾਪੀਆਂ ਵੱਜਦੀਆਂ, ਨੰਬਰ ਇਸ ਵੇਲੇ ਸੁੱਖਾ ਕਹਿੰਦਾ ਜਾਫੀਆਂ ਦਾ ਨਹੀਂ ਗੋਰੇ ਦਾ ਨੰਬਰ ਹੈ, ਫਰੀਦਕੋਟੀਏ ਸ਼ਰਨੇ ਤੋਂ ਨੰਬਰ ਲਿਆ, ਗੋਰੇ ਦਾ ਨੰਬਰ ਹੈ ਮੇਰੇ ਵੀਰੋ। ਵਾਹ ਗੱਭਰੂ ਹੈ। ਅਗਲੀ ਕਬੱਡੀ ਅਭੀ ਦੀ ਪੈ ਚੁੱਕੀ ਹੈ ਖੇਡ ਮੈਦਾਨ ਅੰਦਰ ਮੇਰੇ ਵੀਰੋ। ਖਹਿਰਾ ਮਾਝਾ ਪਿੰਡ ਇਸ ਨੌਜਵਾਨ ਦਾ ਇਸ ਵੇਲੇ ਵਧਿਆ ਹੋਇਆ, ਸ਼ਾਮ ਸੰਧੂਰੀ ਹੋ ਚੁੱਕੀ ਹੈ। ਦੋ ਮੈਚ ਕਹਿੰਦੇ ਅੱਜ ਬੇਗੋਵਾਲ ਦੇ ਕਬੱਡੀ ਕੱਪ ਦੇ ਅਜੇ ਬਾਕੀ ਨੇ, ਦੁਨੀਆ ਜੁੜੀ ਹੋਈ ਹੈ। ਅੱਜ ਲੋਕ ਅੰਦਾਜ਼ੇ ਲਾ ਰਹੇ ਨੇ ਵੀ ਬੁਲਟ ਕੌਣ ਲੈ ਕੇ ਜਾਊਗਾ, ਅੱਜ ਲੋਕ ਅੰਦਾਜ਼ੇ ਲਾ ਰਹੇ ਹੈ ਵੀ ਜਿਹੜਾ ਰੇਡਾਂ ਤੇ ਮੇਰੇ ਵੀਰੋ ਟਰੈਕਟਰ ਲੱਗਣਾ ਹੈ ਉਹ ਕਿਹਦੇ ਹਿੱਸੇ ਆਉਣਾ, ਇਹ ਗੱਲ ਸਮੇਂ ਦੀ ਹੋਣੀ ਹੈ, ਇਹ ਗੱਲ ਸਮੇਂ ਦੀ ਹੋਣੀ ਹੈ। ਚੱਲਦਾ ਹੋਇਆ ਮੈਚ ਸਮਾਪਤ ਹੋ ਚੁੱਕਾ ਹੈ। ਸੁੱਖੀ ਜੀ ਕੀ ਜਿਹੜੇ ਸਕੋਰ ਨੇ ਇਸ ਚੱਲਦੇ ਹੋਏ ਮੈਚ ਦੇ ਜ਼ਰੂਰ ਦੱਸਿਓ। ਸੁੱਖੀ ਬੇਨਿੰਗ ਸਾਡਾ ਵੀਰ ਹੈ ਔਰ ਇਸ ਮੈਚ ਦੇ ਵਿੱਚੋਂ 27 ਨੰਬਰ ਨੇ ਮਾਤਾ ਪੰਜਾਬ ਕੌਰ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਦੇ, 38 ਨੰਬਰ ਨੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰੜੂਆ ਦੀ ਟੀਮ ਦੇ। ਆਹ ਮੈਚ ਦੇ ਵਿੱਚ ਕਹਿੰਦੇ ਕੁੱਲ 19 ਜੱਫੇ ਲੱਗੇ ਨੇ ਔਰ 19 ਜੱਫੇ ਦਾ ਆਨੰਦ ਤੁਸੀਂ ਇਸ ਮੈਚ ਦੇ ਵਿੱਚ ਮਾਣਿਆ, ਦੁਨੀਆ ਨੇ ਆਨੰਦ ਲਿਆ ਚੱਲਦੇ ਹੋਏ ਮੈਚ ਦਾ।